ਹਾਂਜੀ, ਸਵਾਗਤ ਹੈ ਜੀ ਆਪ ਸਭ ਦਾ ਪੰਜਾਬੀ ਮੀਸ਼ ਚੈਨਲ ਦੇ ਉੱਤੇ। ਲੈ ਕੇ ਹਾਜ਼ਰ ਹਾਂ ਜੀ 23 ਅਪ੍ਰੈਲ ਦੀਆਂ ਨਵੀਆਂ ਤਾਜ਼ੀਆਂ ਅਪਡੇਟ, ਤੋਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ। ਵੀਡੀਓ ਨੂੰ ਪੂਰੀ ਜ਼ਰੂਰ ਸੁਣਿਓ ਤਾਂ ਕਿ ਤੁਹਾਨੂੰ ਅੱਜ ਦੀਆਂ ਨਵੀਆਂ ਤਾਜ਼ੀਆਂ ਅਪਡੇਟ ਪਤਾ ਲੱਗ ਜਾਣ, ਅਤੇ ਕੁਝ ਇਮੀਗ੍ਰੇਸ਼ਨ ਦੇ ਨਾਲ ਅਪਡੇਟ ਆ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ। ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ। ਅੱਜ ਦੀ ਪਹਿਲੀ ਖਬਰ ਆ ਰਹੀ ਹੈਗੀ ਹੈ ਜੀ ਨਿਊਯਾਰਕ ਤੋਂ। ਨਿਊਯਾਰਕ ਦੇ ਵਿੱਚ, ਉੱਥੇ ਜਿਹੜੀ ਮਸ਼ਹੂਰ ਇਲਾਕੇ ਆ ਨਿਊਯਾਰਕ ਦੇ ਜਿਹੜੇ, ਉਹਦੇ ਵਿੱਚ ਲਗਾਤਾਰ ਅੱਜ ਪ੍ਰੋਟੈਸਟ ਕੀਤੇ ਗਏ ਆ, ਅਤੇ ਇਹ ਪ੍ਰੋਟੈਸਟ ਪੈਲਸਟਾਈਨ ਦੇ ਹੱਕ ਦੇ ਵਿੱਚ ਕੀਤੇ ਗਏ ਆ। ਉੱਥੇ ਲੋਕਾਂ ਨੇ ਆਪਣੇ ਤੰਬੂ ਲਾਏ ਹੋਏ ਆ, ਟੈਂਟ ਲਾਏ ਹੋਏ ਆ, ਅਤੇ ਬਹੁਤ ਗਿਣਤੀ ਦੇ ਵਿੱਚ ਉੱਥੇ ਲੋਕ ਇਕੱਠੇ ਹੋਏ ਆ ਕੋਲੰਬੀਆ ਦੇ ਵਿੱਚ। ਅਤੇ ਇਹਨਾਂ ਲੋਕਾਂ ਦਾ ਇਹੀ ਕਹਿਣਾ ਆ ਵੀ ਜਿਹੜਾ ਇਸ ਵਕਤ ਅਮਰੀਕਾ ਵੀ USA ਦੀ ਸਪੋਰਟ ਕਰਦਾ ਪਿਆ, ਇਜ਼ਰਾਈਲ ਦੀ USA, ਇਸ ਚੀਜ਼ ਨੂੰ ਖਿਲਾਫ਼ ਇਹਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੰਦਾ ਉੱਥੇ ਇਕੱਠਾ ਹੋਇਆ ਆ, ਅਤੇ ਉਹਨਾਂ ਨੇ ਆਪਣੇ ਪ੍ਰੋਟੈਸਟ ਉੱਥੇ ਕੀਤੇ ਅੱਜ ਸਵੇਰ ਤੋਂ, ਇਹ ਲਗਾਤਾਰ ਉੱਥੇ ਹੋ ਰਹੇ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਫੁੱਟਬਾਲ ਨੂੰ ਲੈ ਕੇ। ਫੁੱਟਬਾਲ ਨੂੰ ਲੈ ਕੇ ਕੱਲ੍ਹ ਰਾਤ ਮੈਚ ਚੱਲਿਆ, ਅਤੇ ਇਸ ਮੈਚ ਦੇ ਵਿੱਚ ਇਹ ਇਟਲੀ ਦਾ ਜਿਹੜਾ ਫੁੱਟਬਾਲ ਟੀਮ ਹੈ ਇੰਟਰ ਜਿੱਤਿਆ ਆ, ਅਤੇ ਬਹੁਤ ਜਿਹੜੇ ਫੈਨ ਆ ਕੱਲ੍ਹ ਬਹੁਤ ਖੁਸ਼ ਹੋਏ ਆ ਇਹਦੇ ਨਾਲ। ਅਤੇ ਇਹਨਾਂ ਦਾ ਮੈਚ ਮਿਲਾਨ ਦੇ ਨਾਲ ਸੀਗਾ, ਅਤੇ ਉਹਨਾਂ ਦਾ ਆਪਸ ਦੇ ਵਿੱਚ ਮੈਚ ਸੀਗਾ ਜਿਹਦੇ ਵਿੱਚ ਇੰਟਰ ਜਿੱਤਿਆ ਆ। ਇਟਲੀ ਦੇ ਵਿੱਚ ਜਿਹੜਾ ਸਭ ਤੋਂ ਵੱਧ ਸਪੋਰਟ ਜਿਹੜੀ ਪਸੰਦ ਕੀਤੀ ਜਾਂਦੀ ਹੈ ਜੀ ਉਹ ਫੁੱਟਬਾਲ ਹੈ, ਅਤੇ ਇੱਥੇ ਇੰਟਰ ਹੋ ਗਿਆ, ਮਿਲਾਨ ਹੋ ਗਿਆ, ਜੁਵੈਂਟੂਸ ਹੋ ਗਿਆ, ਇਹ ਜਿਹੜੀਆਂ ਤਿੰਨ ਵੱਡੀਆਂ ਕਹਿ ਸਕਦੇ ਹਾਂ ਟੀਮਾਂ ਆ ਜਿਨ੍ਹਾਂ ਦੇ ਫੈਨ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆ ਇਟਲੀ 'ਚ। ਅਤੇ ਕੱਲ੍ਹ ਜਿੱਦਾਂ ਕਿ ਇੰਟਰ ਜਿੱਤਿਆ, ਇਹਦੇ ਨਾਲ ਜਿਹੜੇ ਇੰਟਰ ਨੂੰ ਚਾਹੁਣ ਵਾਲੇ ਆ ਉਹ ਬਹੁਤ ਖੁਸ਼ ਹੋਏ ਆ। ਜਿਹੜੇ ਵੱਡੇ ਸ਼ਹਿਰ ਆ, ਮਿਲਾਨ ਹੋ ਗਿਆ, ਰੋਮਾ ਹੋ ਗਿਆ, ਇਹਨਾਂ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਕੱਲ੍ਹ ਰਾਤ ਪਟਾਕੇ ਚਲਾਏ ਗਏ ਆ, ਲੋਕ ਬਹੁਤ ਖੁਸ਼ੀ ਦੇ ਨਾਲ ਫੈਸਟੀਵਲ ਮਨਾਇਆ ਗਿਆ ਇੱਕ ਤਰੀਕੇ ਨਾਲ, ਅਤੇ ਜਿੰਨੇ ਵੀ ਫੈਨ ਹੈਗੇ ਆ ਉਹਨਾਂ ਦੇ ਵਿੱਚ ਖੁਸ਼ੀ ਦੀ ਇੱਕ ਨਵੀਂ ਲਹਿਰ ਆਈ ਆ। ਇਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੀ ਖਬਰ ਤੋਂ ਬਾਅਦ। ਅਗਲੀ ਖਬਰ ਆ ਰਹੀ ਹੈਗੀ ਹੈ ਮਾਈਗ੍ਰੇਂਟਸ ਨੂੰ ਲੈ ਕੇ। ਮਾਈਗ੍ਰੇਂਟਸ ਲਗਾਤਾਰ ਪਾਣੀ ਦੇ ਵਿੱਚ ਆਪਣੀ ਜਾਨ ਗਵਾਉਂਦੇ ਆ, ਅਤੇ ਅੱਜ ਫਿਰ ਇੱਕ ਘਟਨਾ ਵਾਪਰ ਗਈ ਜਿਹਦੇ ਵਿੱਚ 5 ਲੋਕਾਂ ਦੀ ਜਾਨ ਚਲੀ ਗਈ ਆ। ਮਾਨਿਕਾ ਇਲਾਕਾ ਲੱਗਦਾ ਆ ਜੀ, ਅਤੇ ਇਸ ਇਲਾਕੇ ਦੇ ਕੋਲ ਇਹਨਾਂ ਦੀ ਜਾਨ ਚਲੀ ਗਈ। ਇਹਦੇ ਵਿੱਚ ਇੱਕ ਛੋਟੀ ਬੱਚੀ ਵੀ ਸੀਗੀ ਬਹੁਤ ਘੱਟ ਉਮਰ ਦੀ, ਜਿਹੜੀ ਕਿ ਪਾਣੀ ਵਿੱਚ ਸਮੁੰਦਰ 'ਚ ਡੁੱਬਣ ਦੇ ਕਾਰਨ ਉਸਦੀ ਜਾਨ ਚਲੀ ਗਈ। ਅਤੇ ਇਸ ਚੀਜ਼ ਨੂੰ ਰੋਕਣ ਦੇ ਵਾਸਤੇ ਯੂਰਪ ਦੀ ਜਿਹੜੀ ਕੌਂਸਲ ਆ ਇਹਨਾਂ ਨੂੰ ਕੁਝ ਜਲਦ ਤੋਂ ਜਲਦ ਕਰਨਾ ਚਾਹੀਦਾ, ਕਿਉਂਕਿ ਲਗਾਤਾਰ ਬੰਦੇ ਆਪਣੀ ਜਾਨ ਗਵਾ ਰਹੇ ਆ ਪਾਣੀ ਵਿੱਚ ਡੁੱਬ ਡੁੱਬ ਕੇ। ਇਸ ਤੋਂ ਬਾਅਦ ਜੇ ਅਗਲੀ ਖਬਰ ਹੈਗੀ ਆ, ਅੱਜ ਇੱਕ ਇਟਲੀ ਦੇ ਵਿੱਚ 1.5 ਸਾਲ ਦਾ ਬੱਚੇ ਦੀ ਜਾਨ ਚਲੀ ਗਈ। 1.5 ਸਾਲ ਦਾ ਬੱਚਾ ਜਿਹੜਾ ਸੀਗਾ ਜੀ, ਇਹ ਆਪਣੇ ਹੀ ਇਹਨਾਂ ਦੇ ਫਾਦਰ ਦੇ ਕੋਲੋਂ ਗਲਤੀ ਹੋ ਗਈ, ਜਿਸ ਟਾਈਮ ਉਹ ਗੱਡੀ ਦਾ ਬੈਗ ਗੇਅਰ ਉਹਨਾਂ ਨੇ ਪਾਇਆ, ਗੱਡੀ ਬੈਕ ਕਰ ਰਹੇ ਸੀਗੇ, ਅਤੇ ਉਸ ਵਕਤ ਅਚਾਨਕ ਬੱਚਾ ਥੱਲੇ ਆ ਗਿਆ। ਉਹਨਾਂ ਨੂੰ ਦਿਖਿਆ ਨਹੀਂ ਪਿੱਛੇ, ਕਿਉਂਕਿ ਬੱਚਾ ਜਿੱਦਾਂ ਘਰ ਦੇ ਵਿੱਚ ਸੀਗਾ, ਅਤੇ ਜਿੱਦਾਂ ਬਾਹਰ ਥੋੜ੍ਹਾ ਜਿਹਾ ਜਗ੍ਹਾ ਸੀਗੀ ਉਹਨਾਂ ਦੀ ਜਿਹਦੇ ਵਿੱਚ ਬੱਚਾ ਵੀ ਖੇਡ ਰਿਹਾ ਸੀਗਾ, ਅਤੇ ਜਿਸ ਵਕਤ ਉਹਨਾਂ ਦੀ ਗੱਡੀ ਬੈਕ ਕੀਤੀ ਹੈ ਅਤੇ ਬੱਚੇ ਦਾ ਥੱਲੇ ਪਤਾ ਨਹੀਂ ਲੱਗਾ, ਬੱਚਾ ਕਾਰ ਦੇ ਥੱਲੇ ਆਉਣ ਦੇ ਕਰਕੇ ਉਹਦੇ ਸਿਰ 'ਤੇ ਸੱਟ ਲੱਗੀ ਬੱਚੇ 'ਤੇ ਕਾਫੀ ਜ਼ਿਆਦਾ, ਅਤੇ ਜਿਹਨੂੰ ਚੱਲਦਿਆਂ ਨੂੰ ਹੋਸਪਿਟਲ ਲੈ ਕੇ ਜਾਣਾ ਪਿਆ, ਪਰ ਉਹਦਾ ਬਚਾਅ ਨਹੀਂ ਹੋ ਸਕਿਆ ਅਤੇ ਉਹਦੀ ਜਾਨ ਚਲੀ ਗਈ। ਹੁਣ ਇਸ ਵਕਤ ਜਿਹੜਾ ਇਹ ਕੇਸ ਆ ਇਹਨਾਂ ਦੇ ਫਾਦਰ ਦੇ ਉੱਤੇ ਹੋ ਚੁੱਕਾ ਆ, ਕਤਲ ਦਾ ਕੇਸ ਲੱਗਾ ਆ ਵੀ ਇਸ ਬੱਚੇ ਨੂੰ ਮਾਰਿਆ ਗਿਆ, ਇਹਨਾਂ ਨੂੰ ਜਾਣ ਬੁੱਝ ਕੇ ਮਾਰਿਆ ਗਿਆ ਆ ਆਪਣੇ ਕਾਰ ਦੇ ਥੱਲੇ ਦੇ ਕੇ। ਇਹ ਗਲਤੀ ਵੀ ਹੋ ਸਕਦੀ ਹੈ, ਪਰ ਜਿਹੜੀ ਸਜ਼ਾ ਆ ਸਜ਼ਾ ਤਾਂ ਫਿਰ ਮਿਲਣੀ ਆ, ਸੋ ਇਸ ਕਰਕੇ ਹੁਣ ਇੱਕ ਤਰ੍ਹਾਂ ਨੇ ਬੱਚਾ ਵੀ ਆਪਣਾ ਗਵਾਇਆ, ਪਲੱਸ ਹੁਣ ਜਿਹੜੀ ਜੇਲ੍ਹ ਦੀ ਸਜ਼ਾ ਆ ਉਹ ਵੀ ਸ਼ਾਇਦ ਇਹਨਾਂ ਨੂੰ ਭੁਗਤਣੀ ਪੈ ਜਾਵੇ। 2 ਦਿਨ ਬੱਚੇ ਨੂੰ ਹੋਸਪਿਟਲ ਰੱਖਿਆ ਆ, ਕਾਫੀ ਕੋਸ਼ਿਸ਼ ਕੀਤੀ ਉਸਨੂੰ ਬਚਾਉਣ ਦੀ, ਪਰ ਉਹਦਾ ਜਿਹੜਾ ਬਚਾਅ ਨਹੀਂ ਹੋ ਸਕਿਆ। ਸੋ ਤੁਹਾਡੇ ਵੀ ਜੇਕਰ ਘਰੇ ਛੋਟੇ ਬੱਚੇ ਆ ਅਤੇ ਤੁਸੀਂ ਜੇਕਰ ਆਪਣੀ ਗੱਡੀ ਬੈਕ ਕਰ ਰਹੇ ਹਾਂ ਤਾਂ ਧਿਆਨ ਦੇ ਨਾਲ, ਕਿਉਂਕਿ ਕਿਸੇ ਵਕਤ ਬੱਚਿਆਂ ਦਾ ਪਤਾ ਨਹੀਂ ਲੱਗਦਾ, ਕਿਉਂਕਿ ਜੇਕਰ ਜ਼ਿਆਦਾ ਛੋਟਾ ਬੱਚਾ ਆ ਅਤੇ ਉਹਦੀ ਹਾਈਟ ਘੱਟ ਹੁੰਦੀ ਹੈ ਅਤੇ ਬੈਗ ਸ਼ੀਸ਼ੇ ਦੇ ਵਿੱਚ ਵੀ ਕਿਸੇ ਵੇਲੇ ਨਹੀਂ ਦਿਖਦਾ। ਪਹਿਲਾਂ ਵੀ ਇਟਲੀ ਵਿੱਚ ਹਾਦਸੇ ਹੋਏ ਆ ਇੱਦਾਂ ਦੇ, ਅਤੇ ਅੱਜ ਇੱਕ ਹੋਰ ਹੋਇਆ। ਸੋ ਇਸ ਚੀਜ਼ ਦਾ ਧਿਆਨ ਰੱਖੋ ਸਾਰੇ ਜਣੇ, ਆਪਣੇ ਬੱਚਿਆਂ ਨੂੰ ਕਾਰਾਂ ਦੇ ਕੋਲ ਵੀ ਨਾ ਜਾਣ ਦੇਵੋ,
ਤੁਹਾਡੇ ਘਰ ਵੀ ਜੇਕਰ ਕਾਰ ਖੜ੍ਹੀ ਹੈ ਤਾਂ ਕੋਸ਼ਿਸ਼ ਕਰੋ ਜੇਕਰ ਬੱਚਾ ਛੋਟਾ ਹੈ ਤਾਂ ਉਹਨੂੰ ਉਹਦੇ ਬੈਕ ਦੇ ਵਿੱਚ ਜਾਂ ਕਾਰ ਦੇ ਕੋਲ ਜਿਸ ਵਕਤ ਗੱਡੀ ਸਟਾਰਟ ਹੈ ਉਹਨੂੰ ਬਿਲਕੁਲ ਵੀ ਨਾ ਜਾਣ ਦਿਓ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ, ਇਲੈਕਸ਼ਨ ਇਟਲੀ ਵਿੱਚ ਹੋ ਰਹੇ ਆ ਅਤੇ ਬਾਜ਼ਿਲੀਕਾਤਾ ਸਟੇਟ ਦਾ ਰਿਜ਼ਲਟ ਆ ਚੁੱਕਾ ਇਲੈਕਸ਼ਨਾਂ ਦਾ। ਬਾਜ਼ਿਲੀਕਾਤਾ ਦੇ ਵਿੱਚ 3 ਜਣੇ ਸੀਗੇ, ਇੱਕ ਤਾਂ ਸੀਗਾ ਜੀ ਬਾਰਦੀ, ਦੂਜੇ ਨੰਬਰ 'ਤੇ ਮਰੇਜ਼ ਅਤੇ ਤੀਜੇ ਨੰਬਰ 'ਤੇ ਫੁੱਲੀ ਆ। ਇਹ ਜਿਹੜੇ 4 ਜਣੇ ਸੀਗੇ, ਇਹ 3 ਜਣੇ ਸੀਗੇ, ਇਹਨਾਂ ਵਿੱਚ ਜਿਹੜੀ ਜਿੱਤ ਹੋਈ ਹੈ ਉਹ ਹੋਈ ਹੈਗੀ ਆ ਬਾਰਦੀ ਦੀ। ਅਤੇ ਇਹ ਬਾਰਦੀ ਮੈਂਬਰ ਹੈਗਾ ਆ ਫਰਤੈਲੀ ਦੀ ਇਤਾਲੀਆ, ਫੋਰਸਾ ਇਤਾਲੀਆ ਅਤੇ ਲੇਗਾ ਸਲਵੀਨੀ ਉਹਨਾਂ ਦਾ। ਸੋ ਇਸ ਕਰਕੇ ਬਾਜ਼ਿਲੀਕਾਤਾ ਵਿੱਚ ਵੀ ਜਿਹੜੇ ਹੁਣ ਨਵੇਂ CM ਬਣ ਗਏ ਉੱਥੇ ਦੇ, ਉਹ ਹੁਣ ਜਿਹੜੀ ਸੈਂਟਰ ਦੀ ਸਰਕਾਰ ਆ ਉਹਨਾਂ ਦੀ ਬਣ ਗਏ, ਜਦਕਿ ਜਿਹੜੇ ਦੂਜੇ ਸੀਗੇ ਮਰੇਜ਼ ਇਹਨਾਂ ਨੂੰ 42.2% ਵੋਟਾਂ ਪਈਆਂ, ਹਾਲਾਂਕਿ ਬਾਰਦੀ ਨੂੰ 56.6% ਵੋਟਾਂ ਪਈਆਂ। ਸੋ ਇਟਲੀ ਦੇ ਵਿੱਚ ਇਸ ਵਕਤ ਜਿਹੜੀ ਮੇਨ ਪਾਵਰ ਦੇ ਵਿੱਚ ਸਰਕਾਰ ਹੈਗੀ ਆ ਉਹਨਾਂ ਦੀ ਸਰਕਾਰ, ਉਹਨਾਂ ਦੇ ਮੈਂਬਰ ਹੁਣ ਸਟੇਟਸ ਦੇ ਵਿੱਚ ਵੀ ਜਿੱਤ ਰਹੇ ਆ, ਅਤੇ ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਮਿਲੋਨੀ ਸਰਕਾਰ ਜਿਹੜੀ ਆ ਜੀ ਹੋਰ ਵੀ ਜ਼ਿਆਦਾ ਪਾਵਰ ਦੇ ਵਿੱਚ ਪਹੁੰਚ ਸਕਦੀ ਆ। ਇਸ ਤੋਂ ਬਾਅਦ ਚੱਲਦੇ ਹਾਂ ਅਗਲੀ ਖਬਰ ਤੋਂ। ਅਗਲੀ ਖਬਰ ਆ ਰਹੀ ਹੈਗੀ ਆ ਜੀ ਯੂਰਪ ਤੋਂ। ਜਿਹੜੀ ਯੂਰਪਨ ਯੂਨੀਅਨ ਦੀ ਪਾਰਲਾਮੈਂਟ ਹੈ ਉਹਦੇ ਵਿੱਚ ਅੱਜ ਲਾਸਟ ਵੋਟਿੰਗ ਸੀਗੀ, ਅਤੇ ਇਹ ਵੋਟਿੰਗ ਸੀਗੀ ਪਾਤੋ ਦੀ ਸਟੈਬਿਲਿਟੀ ਨੂੰ ਲੈ ਕੇ। ਜਿਹੜੀ ਪਾਤੋ ਦੀ ਸਟੈਬਿਲਿਟੀ ਸੀਗੀ ਜੀ, ਇਹਦੇ ਵਿੱਚ 360 ਲੋਕਾਂ ਨੇ ਵੋਟਾਂ ਇਹਦੇ ਹੱਕ ਦੇ ਵਿੱਚ ਪਾਈਆਂ, 166 ਬੰਦਿਆਂ ਨੇ ਇਹਦੇ ਖਿਲਾਫ਼ ਪਾਈਆਂ ਅਤੇ 61 ਬੰਦਿਆਂ ਨੇ ਇਹਦੇ ਵਿੱਚ ਕੋਈ ਵੀ ਵੋਟਿੰਗ ਕੀਤੀ ਨਹੀਂ। ਪਰ ਇਹ ਜਿਹੜੀ ਵੋਟਿੰਗ ਕਰਾਈ ਗਈ ਆ, ਇਹਦੇ ਵਿੱਚ ਜਿੰਨੇ ਵੀ ਇਟਾਲੀਅਨ ਬੰਦੇ ਆ ਯੂਰਪੀਅਨ ਦੀ ਪਾਰਲੀਮੈਂਟ ਦੇ ਵਿੱਚ, ਉਹਨਾਂ ਵਿੱਚ ਕਿਸੇ ਵੀ ਇਟਾਲੀਅਨ ਬੰਦੇ ਨੇ ਇਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਇਸ ਕਾਨੂੰਨ ਦੇ। ਹਾਲਾਂਕਿ ਜਿਹੜੇ ਮਿਲੋਨੀ ਸਰਕਾਰ ਦੇ ਵਿੱਚ ਵੀ ਬੰਦੇ ਹੈਗੇ ਜਿਹੜੇ ਉਹਨੂੰ ਸਪੋਰਟ ਕਰਦੇ, ਜਿਹੜੀ ਕਿ ਯੂਰਪ ਦੇ ਵਿੱਚ ਬੈਠੇ ਆ, ਉਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ। ਇਹ ਜਿਹੜਾ ਪਾਤੋ ਦੀ ਸਟੈਬਿਲਿਟੀ ਹੈਗਾ ਆ, ਜਿਹਨੂੰ ਕਿ ਕਾਨੂੰਨ ਬਣਾਇਆ ਜਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਕੁਝ ਰੂਲ ਆ ਜਿਹੜੇ ਪਬਲਿਕ ਬੈਲੈਂਸ ਹੈਗੇ ਆ ਅਤੇ ਇਹਨਾਂ ਨੂੰ ਲੈ ਕੇ ਆ। ਜਿੱਦਾਂ ਕਿ ਪਬਲਿਕ ਜੋ ਦੇਵੀ ਤੋਂ ਹੁੰਦਾ ਆ ਸਰਕਾਰ ਦੇ ਉੱਤੇ, ਖਰਚਾ ਕਿੰਨਾ ਕਰਦੀ ਹੈ ਸਰਕਾਰ, ਸੋ ਇਕੋਨਮੀ ਨੂੰ ਲੈ ਕੇ ਹੁੰਦਾ ਸਾਰਾ ਕੁਝ। ਇਹਨਾਂ ਨੂੰ ਲੈ ਕੇ ਇਟਲੀ ਦੇ ਬੰਦਿਆਂ ਨੇ ਵੋਟਾਂ ਖਿਲਾਫ਼ ਪਾਈਆਂ। ਇਹਦੇ ਵਿੱਚ ਮੈਲੋਨੀ ਲਗਾਤਾਰ ਕਹਿ ਰਹੀ, ਕਿਉਂਕਿ ਇਹ ਜਿਹੜਾ ਕਾਨੂੰਨ ਹੈ ਕਾਫ਼ੀ ਸਮੇਂ ਤੋਂ ਚੱਲਦਾ ਪਿਆ ਆ, ਇਹਦੇ ਵਿੱਚ ਮੈਲੋਨੀ ਸਰਕਾਰ ਨੇ ਅੱਗੇ ਵੀ ਕਿਹਾ ਵੀ ਇਟਲੀ ਦੇ ਵਾਸਤੇ ਜੋ ਤੁਸੀਂ ਕੰਡੀਸ਼ਨਸ ਲਗਾ ਰਹੇ ਹਾਂ ਇਟਲੀ ਦੇ ਵਾਸਤੇ, ਕੰਡੀਸ਼ਨ ਠੀਕ ਨਹੀਂ ਗੀਆਂ। ਅਤੇ ਕੀ ਹੋਇਆ ਇਹਦੇ ਵਿੱਚ, ਜਿਹੜੀ ਅੱਜ ਵੋਟਿੰਗ ਹੋਈ ਆ ਇਹਦੇ ਵਿੱਚ ਕਿਸੇ ਨੇ ਵੀ ਵੋਟ ਪਾਈ ਨਹੀਂ, ਕਿਸੇ ਨੇ ਵੀ, ਸਿਰਫ ਇੱਕ ਬੰਦੇ ਨੇ ਵੋਟ ਪਾਈ ਆ ਮੂਵੀਮੈਂਟ ਤੋਂ, ਚਿੰਕਵਿਸ ਤਰਲੇ ਵਾਲੇ ਨੇ, ਪਰ ਉਹਨੇ ਵੀ ਇਸ ਦੇ ਖਿਲਾਫ਼ ਪਾਈ ਆ। ਸੋ ਬੇਸ਼ੱਕ ਇਟਲੀ ਵਿੱਚ ਦੋ ਪਾਰਟੀਜ਼ ਆ, ਓਪੋਜੀਸ਼ਨ ਆ, ਇੱਕ ਮੈਲੋਨੀ ਉਹਨਾਂ ਦੀ ਆ, ਪਰ ਯੂਰਪ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੇ ਇੱਕ ਸਾਥ ਰਹੇ ਆ ਇਟਲੀ ਵਾਲੇ, ਅਤੇ ਇਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਕੋਈ ਵੀ ਵੋਟ ਕਿਸੇ ਨੇ ਵੀ ਨਹੀਂ ਪਾਈ। ਇਹਦੇ ਉੱਤੇ ਜੁਜ਼ੇਪੇ ਕੋਂਤੇ ਨੇ ਵੀ ਇੱਕ ਟਵੀਟ ਕੀਤਾ, ਉਹਨਾਂ ਨੇ ਵੀ ਇਹ ਕਿਹਾ ਵੀ ਇਸ ਵਕਤ ਅਸੀਂ ਇਸ ਨੂੰ ਵੋਟ ਨਹੀਂ ਕੀਤਾ ਹੈਗਾ, ਕਿਉਂਕਿ ਜੇਕਰ ਇਹ ਕਾਨੂੰਨ ਹੁਣ ਪਾਸ ਹੁੰਦਾ ਹੈ ਇਹਦੇ ਵਿੱਚ ਜਿਹੜੇ ਪੈਸੇ ਯੂਰਪ ਨੂੰ ਇਟਲੀ ਨੂੰ ਭੇਜੇ ਜਾਂਦੇ ਆ, ਹਜ਼ਾਰਾਂ ਕਰੋੜ ਯੂਰੋ ਜਿਹੜਾ ਆਉਂਦਾ ਆ ਸਨੀਤਾ ਦੇ ਵਾਸਤੇ, ਹੋਰ ਇਨਵੈਸਟਮੈਂਟ ਦੇ ਵਾਸਤੇ, ਇਹ ਘੱਟ ਜਾਣਗੇ ਪਹਿਲਾਂ ਨਾਲੋਂ, ਜਿਹਨਾਂ ਦੇ ਚੱਲਦਿਆਂ ਇਟਲੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋ ਸਕਦਾ। ਉਹਨਾਂ ਨੇ ਕਿਹਾ ਵੀ ਇਹ ਇਟਲੀ ਦੀਆਂ ਲੱਤਾਂ ਕੱਟਣ ਦੇ ਵਾਸਤੇ ਕਾਨੂੰਨ ਲਿਆਂਦਾ ਗਿਆ, ਇਹਦੇ ਵਿੱਚ ਇਟਲੀ ਦਾ ਨੁਕਸਾਨ ਹੋ ਜਾਣਾ। ਪਰ ਯੂਰਪੀਅਨ ਯੂਨੀਅਨ ਦੇ ਵੱਲੋਂ ਇਸ ਨੂੰ ਅਪਰੂਵ ਕਰ ਦਿੱਤਾ ਗਿਆ, ਕਿਉਂਕਿ 300 ਤੋਂ ਵੱਧ ਮੈਂਬਰਾਂ ਨੇ ਇਹਦੇ ਹੱਕ ਦੇ ਵਿੱਚ ਵੋਟ ਪਾ ਦਿੱਤੀ ਆ ਹੋਰ ਦੇਸ਼ਾਂ ਨੇ, ਹਾਲਾਂਕਿ ਇਟਲੀ ਨੇ ਨਹੀਂ ਵੀ ਪਾਈ। ਪਰ ਆਉਣ ਵਾਲੇ ਸਮੇਂ ਵਿੱਚ ਇਟਲੀ ਦੇ ਵਾਸਤੇ ਇਹ ਚੰਗਾ ਕਾਨੂੰਨ ਨਹੀਂ ਗਾ। ਬਾਕੀ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਇਹਦੇ ਬਾਰੇ ਪੂਰੀ ਜਾਣਕਾਰੀ ਜਦੋਂ ਸਾਨੂੰ ਮਿਲੇਗੀ, ਇਹਦੇ ਵਿੱਚ ਨੁਕਸਾਨ ਕੀ ਹੋ ਸਕਦਾ, ਇਹਦੇ ਫਾਇਦੇ ਕੀ ਆ। ਅੱਜ ਸਿਰਫ ਇਸ ਨੂੰ ਅਪਰੂਵ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ UK ਨੂੰ ਲੈ ਕੇ। UK ਦੇ ਵਿੱਚ ਪਿਛਲੇ ਕਈ ਲੰਬੇ ਸਮੇਂ ਤੋਂ ਇੱਕ ਕੇਸ ਚੱਲਦਾ ਪਿਆ ਆ। UK ਚਾਹੁੰਦੇ ਆ ਵੀ ਇਸ ਵਕਤ ਜਿਹੜੇ ਉੱਥੇ ਦੇ ਇਲੀਗਲ ਬੰਦੇ ਆਉਂਦੇ ਆ, ਦੋ ਨੰਬਰ 'ਚ ਬੰਦੇ ਜਾਂਦੇ ਆ,
ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇ ਉੱਥੋਂ, ਅਤੇ ਉਹਨਾਂ ਨੂੰ ਡਿਪੋਰਟ ਕਰਕੇ ਰਵਾਂਡਾ ਕੰਟਰੀ ਭੇਜ ਦਿੱਤਾ ਜਾਵੇ ਜਿਹੜਾ ਕਿ ਅਫਰੀਕਾ ਦੇ ਵਿੱਚ। ਅੱਜ ਹੁਣ ਉੱਥੇ ਦੀ ਜਿਹੜੀ ਪਾਰਲੀਮੈਂਟ ਆ UK ਦੀ, ਉਹਨਾਂ ਵੱਲੋਂ ਇਸ ਚੀਜ਼ ਨੂੰ ਅਪਰੂਵ ਕਰ ਦਿੱਤਾ ਗਿਆ ਵੀ ਜਿਹੜੇ ਇੱਥੇ ਇਮੀਗ੍ਰੈਂਟ ਹੈਗੇ ਆ ਬੰਦੇ, ਇਲੀਗਲ ਆ, 2 ਨੰਬਰ 'ਚ ਆਏ ਆ, ਉਹਨਾਂ ਨੂੰ ਇੱਥੋਂ ਟ੍ਰਾਂਸਫਰ ਕਰਕੇ ਰਵਾਂਡਾ ਕੰਟਰੀ ਵਿੱਚ ਭੇਜ ਦਿੱਤਾ ਜਾਵੇ। ਪਰ UN ਵੱਲੋਂ ਅਤੇ ਜਿਹੜੇ ਯੂਰਪ ਦੀ ਕੌਂਸਲ ਆ, ਇਹਨਾਂ ਵੱਲੋਂ ਇਸ ਨੂੰ ਕਿਹਾ ਗਿਆ ਵੀ ਇਹ ਕਾਨੂੰਨ ਜਿਹੜਾ ਪਾਰਲੀਮੈਂਟ ਨੇ ਲਿਆ ਆ ਉੱਥੇ ਦੀ ਨੇ, ਇਹ ਸਹੀ ਨਹੀਂ ਹੈਗਾ। ਹਾਲਾਂਕਿ ਜੇਕਰ ਇਟਲੀ ਦੀ ਗੱਲ ਕਰਦੇ ਹਾਂ ਤਾਂ ਇਟਲੀ ਦੇ ਜਿਹੜੇ ਇੱਥੇ ਦੇ ਗਵਰਨਾਟੋਰੇ ਦੀ ਬੈਂਕ ਇਤਾਲੀਆ ਆ, ਪਨੇਤਾ, ਇਟਲੀ ਦੀ ਜਿਹੜੀ ਬੈਂਕ ਆਫ ਇਟਲੀ ਆ, ਉਹਨਾਂ ਦੇ ਜਿਹੜੇ ਹੈੱਡ ਆ ਪਨੇਤਾ, ਉਹਨਾਂ ਦਾ ਕਹਿਣਾ ਵੀ ਇਟਲੀ ਅਤੇ ਯੂਰੋਪੀਅਨ ਯੂਨੀਅਨ ਨੂੰ ਨਵੇਂ ਬੰਦਿਆਂ ਦੀ ਲੋੜ ਆ, ਨਵੇਂ ਮਾਈਗ੍ਰੈਂਟ ਦੀ ਲੋੜ ਆ, ਬਾਹਰੋਂ ਬੰਦੇ ਮੰਗਵਾਉਣ ਦੀ ਲੋੜ ਆ ਜੇਕਰ ਯੂਰਪ ਨੇ ਅੱਗੇ ਵਧਣਾ, ਇਟਲੀ ਨੇ ਅੱਗੇ ਵਧਣਾ। ਕਿਉਂਕਿ ਇਹਨਾਂ ਨੇ ਕਿਹਾ ਵੀ ਇਟਲੀ ਅਤੇ ਯੂਰਪ ਦੇ ਵਿੱਚ ਆਬਾਦੀ ਡਾਊਨ ਜਾਣੀ ਸ਼ੁਰੂ ਹੋ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਜਿਹੜੀ ਪੋਪੂਲੇਸ਼ਨ ਹੈਗੀ ਆ ਇਸ ਵਕਤ ਜਿਹੜੀ ਕੰਮ 'ਤੇ ਲੱਗੀ ਹੋਈ ਆ, ਇਹ ਬੁਢਾਪੇ ਵੱਲ ਵੱਧ ਰਹੀ ਆ, ਅਤੇ ਆਉਣ ਵਾਲੇ ਸਮੇਂ ਵਿੱਚ ਬੰਦਿਆਂ ਦੀ, ਜਵਾਨ ਬੰਦਿਆਂ ਦੀ ਉਮਰ ਜਿਹੜੀ ਆਬਾਦੀ ਆ ਲਗਾਤਾਰ ਘੱਟਦੀ ਜਾਣੀ ਆ, ਜਿਹਦੇ ਚੱਲਦਿਆਂ ਸਾਡੀ ਇਕੋਨਮੀ ਦੇ ਉੱਤੇ ਨੈਗੇਟਿਵ ਅਸਰ ਪੈਣਾ। ਸੋ ਇਸ ਕਰਕੇ ਇਸ ਤੋਂ ਬਚਣ ਲਈ ਸਾਨੂੰ ਬਾਹਰ ਦੇ ਬੰਦਿਆਂ ਦੀ ਲੋੜ ਪੈਣੀ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਮੌਸਮ ਨੂੰ ਲੈ ਕੇ। ਕੱਲ੍ਹ ਨੂੰ 24 ਤਰੀਕ ਹੈ ਅਤੇ ਕੱਲ੍ਹ ਦੇ ਵਾਸਤੇ ਫਿਰ ਤੋਂ ਅਲਰਟ ਜਾਰੀ ਆ ਮੌਸਮ ਦਾ। ਮੌਸਮ ਇਸ ਵਕਤ ਕਾਫੀ ਠੰਡਾ ਚੱਲਦਾ ਪਿਆ ਇਟਲੀ ਦੇ ਵਿੱਚ, ਦੁਬਾਰਾ ਫਿਰ ਤੋਂ ਸਰਦੀਆਂ ਦਾ ਮੌਸਮ ਬਣ ਗਿਆ ਅਤੇ ਲਗਾਤਾਰ ਮੌਸਮ ਖਰਾਬ ਵੀ ਆ, ਮੀਂਹ ਵੀ ਪੈ ਰਿਹਾ ਲਗਾਤਾਰ। ਫਿਲਹਾਲ ਕੱਲ੍ਹ ਨੂੰ ਨੌਰਥ ਇਲਾਕੇ ਦੇ ਵਿੱਚ ਥੋੜ੍ਹਾ ਜਿਹਾ ਧੁੱਪ ਨਿਕਲਣ ਦੀ ਸੰਭਾਵਨਾ ਬਣ ਗਈ ਹੈ, ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਆ। ਨੌਰਥ ਲੁੰਬਾਰਦੀਆ ਤੋਂ ਇਲਾਵਾ ਬਾਕੀ ਜਿਹੜਾ ਇਟਲੀ ਹੈਗਾ ਆ ਜੀ, ਉਹਦੇ ਵਿੱਚ ਕੱਲ੍ਹ ਨੂੰ ਬੱਦਲਵਾਈ ਰਹਿਣ ਦੀ ਸੰਭਾਵਨਾ ਬਣੀ ਹੋਈ ਆ, ਅਤੇ ਕਾਫੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ, ਜਿੱਦਾਂ ਕਿ ਕਲਾਵਰੀਆ ਹੋ ਗਿਆ, ਕੰਪਾਨੀਆ ਹੋ ਗਿਆ, ਸਿਚੀਲੀਆ ਹੋ ਗਿਆ, ਇਹਨਾਂ ਇਲਾਕਿਆਂ ਵਿੱਚ ਸੰਭਾਵਨਾ ਹੈਗੀ ਆ। ਸਰਦੀਨੀਆਂ ਵਿੱਚ ਵੀ ਸੰਭਾਵਨਾ ਆ, ਪਰ ਕੱਲ੍ਹ ਨੂੰ ਨੌਰਥ ਇਲਾਕਾ ਜਿਹੜਾ ਇਟਲੀ ਦਾ ਆ ਜੀ, ਉਹਨਾਂ ਵਿੱਚ ਟੈਂਪਰੇਚਰ ਬਹੁਤ ਡਾਊਨ ਚਲੇ ਜਾਣਾ, ਕੁਝ ਇਲਾਕਿਆਂ ਵਿੱਚ ਟੈਂਪਰੇਚਰ ਜਿਹੜਾ ਆ 1-2 ਡਿਗਰੀ 3 ਡਿਗਰੀ ਤੱਕ ਵੀ ਪਹੁੰਚ ਸਕਦਾ ਆ। ਬਾਕੀ ਇਸ ਤੋਂ ਇਲਾਵਾ ਜੀ, ਪੇਪਰਾਂ ਵਾਲੀ ਜਿਹੜੀ ਨਵੀਂ ਅਪਡੇਟ ਆਈ ਹੈ, ਕੱਲ੍ਹ ਕਿਸੇ ਵੀਰ ਤੱਕ ਉਹਨੂੰ ਕਮੈਂਟ ਆਇਆ ਸੀ, ਇਹਦੇ ਵਿੱਚ ਕਹੇ ਸੀਗੇ ਜੀ ਉਹਨਾਂ ਦੇ ਵੀ ਕਿਸੇ ਵੀਰ ਦੇ ਪੇਪਰ ਨਿਕਲੇ ਆ, ਲਤੀਨਾ ਸਾਈਡ ਦੇ ਵੱਲ ਪੇਪਰ ਨਿਕਲੇ ਉਹਨਾਂ ਦੇ, ਅਤੇ ਨਾਲ ਦੀ ਨਾਲ ਇੱਕ ਹੋਰ ਵੀਰ ਦਾ ਮੈਸੇਜ ਆਇਆ, ਅਤੇ ਉਹਨਾਂ ਦੇ ਪੇਪਰ ਜਿਹੜੇ ਮਾਰਚ ਵਿੱਚ ਭਰੇ ਗਏ ਆ, ਲਾਸਟ ਫਲੂਸੀ ਜਿਹੜੀ ਓਪਨ ਹੋਈ ਆ ਇਹਦੇ ਵਿੱਚ ਭਰੇ ਗਏ ਆ, ਅਤੇ ਉਹਨਾਂ ਦੇ ਪੇਪਰ ਵੀ ਨੂਲਾ ਉਸ ਤਰ੍ਹਾਂ ਨਿਕਲ ਆਇਆ ਆ। ਸੋ ਨੂਲੇ ਉਸ 'ਤੇ ਨਿਕਲਣੇ ਜਿਹੜੇ ਅੱਜ ਸਟਾਰਟ ਹੋ ਚੁੱਕੇ ਆ ਤੁਹਾਨੂੰ ਦੱਸਿਆ, ਅਤੇ ਹੁਣ ਸਪੀਡ ਫੜ ਲੈਣੀ ਨੂਲੇ ਉਸ 'ਤੇ ਨੇ, ਅਤੇ ਹੁਣ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਅਪਡੇਟ ਮਿਲਦੀਆਂ ਰਹਿਣਗੀਆਂ ਪੇਪਰਾਂ ਦੀਆਂ। ਬਾਕੀ ਇਸ ਤੋਂ ਇਲਾਵਾ ਜੀ, ਜਿਹੜੇ ਪੁਰਾਣੇ ਪੇਪਰਾਂ ਬਾਰੇ ਪੁੱਛਦੇ ਆ ਦਸੰਬਰ ਵਾਲੇ, ਉਹਨਾਂ ਬਾਰੇ ਹਲੇ ਇਹ ਨਹੀਂ ਕਹਿ ਸਕਦੇ ਆਪਾਂ ਪੇਪਰ ਨਿਕਲਣੇ ਬੰਦ ਹੋ ਗਏ ਆ, ਉਹਨਾਂ ਦੇ ਵੀ ਨੂਲੇ ਉਸ 'ਤੇ ਨਿਕਲ ਜਾਣਗੇ ਵਿੱਚ ਵਿੱਚ। ਸੋ ਇਸ ਕਰਕੇ ਥੋੜ੍ਹਾ ਮਿਕਸ ਕੰਮ ਚੱਲੀ ਜਾਣਾ ਆ, ਕਿਉਂਕਿ ਕੁਛ ਦਿਨ ਪਹਿਲਾਂ ਤੁਹਾਨੂੰ ਅਪਡੇਟ ਦਿੱਤੀ ਆ ਦਸੰਬਰ ਵਾਲੇ ਪੇਪਰ ਵੀ ਨੂਲੇ ਉਸ 'ਤੇ ਨਿਕਲੇ ਆ, ਕਈਆਂ ਵੀਰਾਂ ਦੇ ਵੀਜ਼ੇ ਵੀ ਲੱਗ ਗਏ ਆ। ਬਾਕੀ ਸਾਨੂੰ ਜੋ ਵੀ ਇਨਫੋਰਮੇਸ਼ਨ ਅੱਗੇ ਮਿਲੂਗੀ ਤੁਹਾਨੂੰ ਆਪਾਂ ਲਗਾਤਾਰ ਅਪਡੇਟ ਕਰਦੇ ਰਹਾਂਗੇ। ਬਾਕੀ ਇਹ ਜਿਹੀਆਂ ਜੇ ਨਵੀਆਂ ਤਾਜ਼ੀਆਂ ਅਪਡੇਟ ਮਿਲਦੀਆਂ ਤੁਹਾਨੂੰ ਆਪਾਂ ਹੁਣ ਕੱਲ੍ਹ ਦੀਆਂ ਖਬਰਾਂ ਨਾਲ, ਆਪਣੇ ਤਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਤੁਸੀਂ ਆਪਣਾ ਸਾਰਿਆਂ ਦਾ ਕੀਮਤੀ ਸਮਾਂ ਕੱਢਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।